ਇਸ ਇਲਾਕੇ ਦੇ ਜਗੀਰ ਦਾਸ ਚੌਧਰੀ ਅਕਬਰ ਖਾਨ ਦਾ ਪੈਗਾਮ ਲੈ ਕੇ ਆਇਆ ਪਿੰਡ ਵਾਲਿਓ। ਉਹਨਾਂ ਨੇ ਫਰਮਾਇਆ ਕਿ ਅਸੀਂ ਆਪਣੇ ਇਲਾਕੇ ਦੇ ਗਰੀਬਾਂ ਮਜ਼ਲੂਮਾਂ ਦੇ ਬੇਸਹਾਰਾ ਲੋਕਾਂ ਦੀ ਆਪ ਦਿਨ ਰਾਤ ਇਮਦਾਦ ਕਰਾਂਗੇ। ਮੈਂ ਮਿਹਨਤ ਕਰ ਕਿਸਾਨ ਦੋਸਤਾਂ ਦੀ ਮਦਦ ਦਾ ਐਲਾਨ ਇਸ ਵਾਸਤੇ ਕੀਤਾ ਕਿ ਜੇ ਤੁਸੀਂ ਮਿਹਨਤ ਕਰਕੇ ਮੇਰੀ ਵੀਰਾਨ ਜ਼ਮੀਨ ਨੂੰ ਆਬਾਦ ਨਾ ਕਰਦੇ। ਵਾਲੇਕੁਮ ਸਲਾਮ। ਤੇ ਮੈਂ ਇਸ ਇਲਾਕੇ ਦਾ ਵੱਡਾ ਜ਼ਿਮੀਦਾਰ ਨਾ ਹੁੰਦਾ। ਮਾਸ਼ਾ ਅੱਲਾ ਮਾਸ਼ਾ ਅੱਲਾ। ਵਾਲੇਕੁਮ ਸਲਾਮ। ਸਰਕਾਰ ਜੀ, ਤੁਸੀਂ ਜਵਾਨ ਧੀਆਂ ਭੈਣਾਂ ਵਾਲੇ ਮਿਹਨਤ ਕਸ਼ਾਂ ਦੀ ਇਮਦਾਦ ਦਾ ਐਲਾਨ ਕਰਕੇ ਯਕੀਨ ਕਰੋ ਸਾਡੇ ਪੁਰਾਣੇ ਰੋਗ ਦਾ ਇਲਾਜ ਕਰ ਦਿੱਤਾ। ਹੁਣ ਤੇ ਮੈਂ ਵੀ ਆਪਣੀ ਜਵਾਨ ਧੀ ਦੀ ਡੋਲੀ ਤੋੜ ਸਕਾਂਗਾ ਜੀ। ਕਿੰਨੀ ਕੁ ਰਕਮ ਹੋਵੇ ਤੇ ਤੇਰੀ ਧੀ ਇੱਜ਼ਤ ਨਾਲ ਵਿਦਿਆ ਹੋ ਸਕਦੀ ਹੈ? ਸਰਕਾਰ ਪਾਸ ਕੋਈ 2000 ਰੁਪਇਆ ਹੋਵੇ ਤੇ ਮੇਰੀ ਧੀ ਦੀ ਡੋਲੀ ਉੱਠ ਸਕਦੀ ਹੈ। 2-2.5 ਲੱਖ। ਜਵਾਨਕਾਰ, ਮੇਰੇ ਨਾਲ ਵਿਹਲੀ ਚੱਲ, ਮੈਂ ਤੈਨੂੰ 5000 ਰੁਪਇਆ ਦੇ ਦੇਣਾ। ਰੱਬ ਤੁਹਾਨੂੰ ਜ਼ਿੰਦਗੀ ਦੇ, ਸਾਡੀ ਉਮਰ ਤੁਹਾਨੂੰ ਵੀ ਤੇ ਤੁਹਾਡੇ ਪੁੱਤਰ ਨੂੰ ਲੱਗੇ। ਸਰਕਾਰ ਚੰਗਾ ਭਲਾ ਪਤਾ ਹੈ ਕਿ ਇਹਦੇ ਕੋਲ ਤੇ ਧੀ ਤੋੜਨ ਲਈ ਇੱਕ ਧੇਲਾ ਵੀ ਨਹੀਂ ਸੀ। ਅੱਲਾ ਭਲਾ ਕਰੇ ਜਗੀਰਦਾਰ ਹੋਣਾ ਦਾ ਜਿਹਨਾਂ ਉਹਨੂੰ 4 ਪੈਸੇ ਦੇ ਦਿੱਤੇ। ਭਾਵੇਂ ਤੇ ਇਹੋ ਗੱਲ ਕਹਿਣਾ, ਜਿਹੜਾ ਇਹਨਾਂ ਕੋਲ 5000 ਰੁਪਇਆ ਉਹ ਸਾਨੂੰ ਨਗਦ ਦੇ ਦੇਣ, ਫਿਰ ਅਸੀਂ ਜਾਣੀਏ ਤੇ ਸਾਡਾ ਕੰਮ। ਜੇ ਮੈਂ ਤੁਹਾਨੂੰ 5000 ਰੁਪਇਆ ਨਗਦ ਨਾ ਦੇਵਾਂ ਤੇ ਫਿਰ ਅਸੀਂ ਡੋਲੀ ਲੈਣ ਵੀ ਨਹੀਂ ਆਵਾਂ। ਉਹ ਇਹ ਕੀ ਕਹਿ ਦਿੱਤਾ ਪੀਰ ਬਚਕਾ? ਉਹ ਕੋਈ ਅਕਲ ਕਰੋ, ਕਿਉਂ ਇਸ ਗਰੀਬ ਦੀ ਇੱਜ਼ਤ ਖਾਕ ਵਿੱਚ ਮਿਲਾ ਰਹੇ ਹੋ? ਇਹਨੇ ਆਪਣੀ ਧੀ ਤੋੜਨ ਲਈ ਕੋਈ ਹੋਰ ਬੰਦੋਬਸਤ ਵੀ ਕਰਨਾ? ਅਸੀਂ ਕੁਝ ਨਹੀਂ ਜਾਣਦੇ। ਸਾਨੂੰ ਆਪਣੀ ਧੀ ਦੇ ਨਾਲ 5000 ਰੁਪਇਆ ਨਗਦ ਦੇਵੇ ਤੇ ਸ਼ਾਮੀ ਅਸੀਂ ਜੱਜ ਲੈ ਕੇ ਆ ਜਾਵਾਂਗੇ। ਇਹਦਾ ਇਹ ਮਤਲਬ ਹੋਇਆ ਕਿ ਇਸ ਫੈਸਲੇ ਲਈ ਸਾਨੂੰ ਜਗੀਰਦਾਰ ਸਾਹਿਬ ਕੋਲ ਜਾਣਾ ਪਏਗਾ। ਛੋਟੇ ਜਗੀਰਦਾਰ ਸਾਹਿਬ ਹੋਰੀ ਆ ਗਏ ਨੇ, ਹੁਣ ਮੇਰਾ ਇਨਸਾਫ ਹੈ ਕਰਨਗੇ। ਚਾਹੁੰਦੇ ਹੋ ਸਰਕਾਰ, ਗੱਲ ਇੰਨੀ ਹੈ ਕਿ ਵੱਡੇ ਜਾਗੀਰਦਾਰ ਸਾਹਿਬ ਨੇ ਪਸ਼ੂ ਨੂੰ ਧੀ ਤੋੜਨ ਵਾਸਤੇ 5000 ਰੁਪਇਆ ਦਿੱਤਾ। 5000? ਆਹੋ ਸਰਕਾਰ, ਇਹ ਮੁੰਡੇ ਵਾਲੇ ਮੇਰੇ ਕੋਲ ਸਾਰੀ ਰਕਮ ਤਾਂ ਮੰਗਦੇ ਨੇ। ਹੁਣ ਤੁਸੀਂ ਇਨਸਾਫ ਕਰੋ, ਜੇ ਸਾਰੀ ਰਕਮ ਮੈਂ ਇਹਨਾਂ ਨੂੰ ਦੇ ਦਿਆਂ ਤੇ ਫਿਰ ਜੰਜ ਲਈ ਰੋਟੀ ਪਾਣੀ ਦਾ ਇੰਤਜ਼ਾਮ ਕਿੱਥੋਂ ਕਰਾਂਗਾ? ਡੋਲੀ ਕਿਹਦੀ ਤੋੜਨੀ? ਮੈਂ ਆਪਣੇ ਗੁੱਡੇ ਦੀ ਸਰਕਾਰ ਤੀਰਾ ਨਹੀਂ। ਮਹਿੰਗੀ ਨਹੀਂ ਕਾਦਰਿਆ, ਸਮਝ ਗਿਆ ਸਰਕਾਰ? ਸਾਰੀ ਗੱਲ ਸਮਝ ਲਈਏ। ਤੁਸੀਂ ਅੱਜ ਰਾਤ ਸਾਡੇ ਕੋਲ ਰਹੇਗੀ, ਇਨਸਾਫ ਕੱਲ ਰਹੇਗਾ। ਲੈ ਚਲੋ ਇਹਨੂੰ। ਤੂੰ ਨਾ ਨਹੀਂ ਤਿੰਕਾਰ ਦੇ ਨਿੱਕੇ ਨਿੱਕੇ ਕੁੰਗਰੂ ਛਿੰਕਾਂਦੀ ਪਿੱਛੇ ਪਿੱਛੇ ਹੱਟਦੀ ਜਾ ਤੇ ਮੈਂ ਆਪਣੀਆਂ ਲੰਮੀਆਂ ਲੰਮੀਆਂ ਬਾਹਾਂ ਖੋਲ ਕੇ ਤੇਰੇ ਆ ਲੱਗੇ ਅੱਗੇ ਵੱਧਦਾ ਆਵਾਂਗਾ। ਮਾਂ ਬਾਪ ਤੇਰੀ ਬਸਤੀ ਸਾਡਾ ਨਾਂ ਨਹੀਂ ਆਉਂਦਾ।
ਸਾਡੀ ਜਾਗੀਰ ਪੈਦਾ ਹੋਣ ਵਾਲੀਆਂ ਫਸਲਾਂ ਦੇ ਸ਼ਕਲਾਂ ਸਾਡਾ ਹਿੱਸਾ ਹੁੰਦਾ। ਮੈਂ ਆਪਣਾ ਹਿੱਸਾ ਕਦੀ ਨਹੀਂ ਛੱਡਿਆ। ਚੱਕਲੇਗਾ ਬੁੱਢਿਆ, ਜਿਹੜੀ ਜ਼ਿੰਦਾ ਸ਼ਹਿ ਮੈਂ ਚੁੱਕ ਕੇ ਲਿਆਵਾਂ ਉਹ ਸ਼ਹਿ ਮੈਂ ਮਾਲਕਾਂ ਨੂੰ ਚੁਕਾ ਦੇਣਾ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਅੱਜ ਤੋਂ ਬਾਅਦ ਨਾ ਕੋਈ ਕਿਸੇ ਗਰੀਬ ਨੂੰ ਤੰਗ ਕਰੇਗਾ ਤੇ ਨਾ ਕੋਈ ਕਿਸੇ ਦੀ ਇੱਜ਼ਤ ਨੂੰ ਹੱਥ ਪਾ ਸਕੇਗਾ। ਬਖਸ਼ੂ, ਇਹ ਲਾਸ਼ ਕਿਹਦੀ? ਜ਼ਿੰਦਾ ਲਾਸ਼ ਮੇਰੀ ਹੈ ਤੇ ਮੁਰਦਾ ਲਾਸ਼ ਮੇਰੀ ਧੀ ਦੀ ਇੱਜ਼ਤ ਦਾ ਜਨਾਜ਼ਾ ਹੀ ਜਗੀਰਦਾਰਾ। ਤੂੰ ਤੇ ਆਪਣੀ ਧੀ ਨੂੰ ਵਿਦਿਆ ਕਰਨ ਲਈ ਸਾਡੇ ਕੋਲੋਂ ਰਕਮ ਲੈ ਕੇ ਗਿਆ ਸੀ। ਅੱਜ ਉਹ ਸਹਿ ਬੇਗੁਨਾਹ ਦੀ ਲਾਸ਼ ਲੈ ਕੇ ਇਨਸਾਫ ਮੰਗਣ ਆਇਆ। ਆਪਣੀ ਇੱਜ਼ਤ ਦੇ ਕਾਤਲ ਦਾ ਸਿਰਫ ਨਾਂ ਦੱਸ ਦੇ ਬਖਸ਼ੂ। ਰੱਖਿਆ ਸੀ ਨਾ ਜ਼ਮੀਨਦਾਰਾ ਕਿ ਪਟਕਾਰ ਦਾ ਹੱਥ ਤੇਰੀ ਬਾਹ ਨਾਲ ਵੀ ਹੋਵੇ ਤੇ ਤੂੰ ਆਪਣਾ ਹੱਥ ਵੱਢ ਦੇਗਾ। ਸਾਨੂੰ ਆਪਣਾ ਵਾਅਦਾ ਯਾਦ ਹੈ, ਤੂੰ ਨਾ ਦੱਸ। ਚੁੱਪ ਕਿਉਂ ਨਹੀਂ ਬੋਲਦਾ? ਕਿਉਂ ਨਹੀਂ ਡਰਨਾ? ਕਿਧਰੇ ਜਾਗੀਰਦਾਰ ਇਨਸਾਫ ਕਰਨ ਲੱਗਿਆ ਡੋਲ ਨਾ ਜਾਏ। ਤੇਰੇ ਨਾਲ ਇਨਸਾਫ ਹੋਏਗਾ ਬਖਸ਼ੂ, ਇਨਸਾਫ। ਤੂੰ ਉਹਨਾਂ ਹੱਥਾਂ ਦਾ ਨਾਂ ਲੈ ਬਿਨਾਂ ਤੇਰੀ ਇੱਜ਼ਤ ਦਾ ਜਨਾਜ਼ਾ ਕੱਢੇ ਤੇ ਫਿਰ ਅੱਜ ਆਪਣੇ ਹੱਥ ਨਾਲ ਆਪਣਾ ਹੱਥ ਵੱਢ ਪਏ। ਮੇਰੇ ਜਵਾਨ ਪੁੱਤਰ ਨੇ ਮੇਰੀ ਇੱਜ਼ਤ ਲੁੱਟ ਲਈ ਹੈ। ਬਖਸ਼ੂ, ਬਖਸ਼ੂ, ਐਡੇ ਵੱਡੇ ਇਨਸਾਨ ਦਾ ਤੇਰੇ ਕੋਲ ਕੀ ਸਬੂਤ ਹੈ? ਇੱਜ਼ਤ ਦੇ ਜਨਾਜ਼ੇ ਦੀ ਗਵਾਹੀ ਘੱਟ ਹੈ ਜਗੀਰਦਾਰ ਦੀ ਹੈ ਤੇ ਮੌਕੇ ਦਾ ਗਵਾਹ ਮੇਰੀਆਂ। ਜਿਹਦੀਆਂ ਖੁੱਲੀਆਂ ਅੱਖਾਂ ਦੇ ਸਾਹਮਣੇ ਤੇਰਾ ਪੁੱਤਰ ਇਸ ਮਜ਼ਲੂਮ ਨੂੰ ਚੁੱਕ ਕੇ ਲੈ ਗਿਆ ਸੀ। ਅਸੀਂ ਇਨਸਾਫ ਜ਼ਰੂਰ ਕਰਾਂਗੇ ਬਖਸ਼ੂ, ਇਨਸਾਫ ਜ਼ਰੂਰ ਹੋਵੇਗਾ। ਨਹੀਂ ਨਹੀਂ, ਤੁਸੀਂ ਝੂਠ ਦਾ ਬੋਲਦੇ ਹੋ, ਪੁੱਤਰ ਪਛਾਣ ਤੇ ਆਸ਼ਰੇ ਤੇ ਲੱਭਦੇ ਹੋ। ਮੇਰੀ ਫਰਿਆਦ ਨਾਲ ਹੱਥ ਮਿਲਾ ਕੇ ਗੱਲ ਨਹੀਂ ਕਰ ਸਕਦੇ। ਆਪਣੇ ਜ਼ਾਲਮ ਪੁੱਤਰ ਤੇ ਹੱਥ ਘਟਾਓ ਜ਼ਗੀਰਦਾਰੋ, ਹੱਥ ਘਟਾਓ ਜ਼ਾਲਮ ਪੁੱਤਰ ਤੇ। ਨਹੀਂ ਓ ਬਖਸ਼ੂ, ਖੂਨ ਦਾ ਬਦਲਾ ਖੂਨ ਹੈ, ਸਾਨੂੰ ਇਸ ਲਾਸ਼ ਦੇ ਬਦਲੇ ਇਸ ਘਰ ਦੀ ਲਾਸ਼ ਚਾਹੀਦੀ ਹੈ। ਸੁਣ ਕੇ ਚੁੱਪ ਕਿਉਂ ਕਰ ਗਏ ਹੋ? ਇਨਸਾਫ ਦਾ ਵਾਅਦਾ ਕੀਤਾ ਸੀ ਤੇ ਇਨਸਾਫ ਦਿਓ ਇਹਨਾਂ ਲੋਕਾਂ ਨੂੰ। ਬਾਪ ਬਣ ਕੇ ਸੋਚੋਗੇ ਤੇ ਇਨਸਾਫ ਨਹੀਂ ਕਰ ਸਕੋਗੇ। ਵੰਸ਼ਿਕ ਬਣ ਕੇ ਇਨਸਾਫ ਦਿਓ ਇਹਨਾਂ ਲੋਕਾਂ ਨੂੰ, ਇਨਸਾਫ ਦਿਓ ਜਗੀਰਦਾਰ, ਇਨਸਾਫ ਦਿਓ। ਹੁਣ ਇਨਸਾਫ
इंसाफ नहीं मिलना बख्शू। तू जागीरदार को इंसाफ मंगया सी तो उन्हें मौत मंग ली। मौत मंग ली है, मौत मंग ली। नहीं नहीं, मैं इंसाफ मंग लिया ना पिछे जावांगा, इधर पिछे जावांगा। खबर जब तू मेरे लिए जिंदगी का पैगाम लैके आए नादरिया, मैं सब लोगों जेड़िया हमदर्दियां मरहूम की जिंदगी सन, वो हमदर्दियां उन्होंने जिंदगी खत्म नहीं हुई। मैं थोड़े दुख दर्द उस तरह हमेशा शरीक होवगी जिस तरह मरहूम ताे दुख न अपना फर्ज समझते सन। जमीन से रिंगन का कोई हक नहीं, जमीन के अंदर सफल हो जाना चाहिए। अच्छा, इन्हों मजलूम लोगों ने हमेशा इस हवेली ने पनाह दी, इन्हों पनाह देने वाला मर गया मां मुंडिया। हाँ हाँ मर के इन सारियों दुआ भी उन्होंने नहीं पचा सकिया, बल्कि चक्का मंग चुटते रहने आखिर वो मर गए। ऐ ना भूल के मैं हाली जिंदा हूँ, मरहूम का उसूल नहीं मरन देंगी। और जाकिर मेरा हुक्म, मेरा कानून, मेरा सूच चलेगा। कान खोल के सुन ले मुंडिया, तेरा कानून मां के वर्त पे नाल ऊंचा नहीं। आदम का मैं सवेरी जिस दीवाना छक ते दरवाजे को पुराना नहीं, जिस सवेरी ते तेरा दीवान बोलन का हक नहीं, ते मैं तेरी भी गल करन का हक नहीं दियांगा, नहीं दियांगा। जाए दरवाजा, दरवाजा। के नाल गुड़ गुड़ कर रहे हैं। ये तो क्या है? रिश्ता। इंसान बन के जिस दिन की मां ने मुंह तो चुस्सी कटी है ना, तू उस दिन हुके की लड़ी मुंह च लै लेगी। तू फरिश्ता बन के दुनिया से नहीं रह सकता, रिश्तिया की थां आसमान पे रहे, ते तू उतर ही चला जा। ओए होके दी वारी से ना मज दिया तारा दा स्वाद आंदा है, इमानदार लाठिया पाए ने तंबाकू से आओ। आज तो बाद में लाठिया वाला तंबाकू तेन भी नहीं पीन जाएगी, हमेशा हमेशा नहीं तोड़ गया साथ छुड़ा दिया। रानो ऐसी की तैयार जल्दी मिट्टी कर दे, चुके हुए गाते जालम पैनल वखरे कर देंगे ने, ते उच्चे सिर दुश्मना दे गाते अपने पैरों दिन नीले कर लेंगे। देवे ए तेरे फरिश्ते पुत्र नु बुरी मत दे रही है, कहती है गर्दन उच्ची करके तुरिया कर। रानो इस इलाके गर्दन चुक के तुरन वाले का फिर हसर होना है, ऐ तू नहीं जानती। हल्लो बस लेने के बाद फिर मैं कुछ नहीं चाहिए। मासी चुप नहीं, तेरी मत मैं नहीं चाहिए, तू जा सकती। उफ मासी। अच्छा मैं चली हूँ, सुने जिम्मेदार भी जा रही। यारी ओनू भी होका पिया होगा।
फिक्र ना कर किशोर, मैं हूं तू बंदोबस्त कर। अच्छा जी, अस्सलाम वालेकुम भाई जान। तो की खा रहा है? जी ताजे ताजे केले खा रहा है, तुझे भी खा। बंद कर रहा है वो बंदा, तेरा टांगा कट। जी टांगा मैं कटा तो फिर तुम भी की कटोगे? तेरी जान किधरे बनकल मौत नहीं हो बात है, जिस तरह बोता बता ना जाए। दबा जा, जाके टांगा कट, दबा। आराम ना गाल करी थी अर्चित, नाले अब बेचारा तेरा काम करे तो नाले तो हम तो रोक पा रहे। तो नहीं जान दे किश्वर, एक कमी कमी नरम जुबान नहीं समझ दे। मैं क्या पाजान जी, एक कल बंदे का काम नहीं है। चलो तुम भी ना चलो। मैं तो नहीं करना पेगा। अच्छा, ये तू आप नहीं कर सकता तो गरीब ने मारना क्यों है? शाबाश रहमदीन जी, चलो तुम ना चलो, चल के जरूर लाइए। चलो मेरी बहन सुनकर एक चंगा तो नहीं करना पेगा। क्या हाथ नहीं चाहिए पर उन्होंने अचानक मौत बारे तेन दसिया बगैर रह भी नहीं सकती। उन्होंने मौत अर्श से बिगड़े किरदार की वजह ना हुई है। हो सकता है अब्बा जी ने भाईजान की आजाद तबीयत ना पसंद हो गई। बाप सन बेटे को समझा भी सकते सन। माफ करना अम्मी जी, मौत किसी होर वजह ना हुई है। ठीक है किश्वर, तू आ गई है, पढ़ी लिखी भी है, समझदार भी है। तेरी गल उन्हों मां प्यो नहीं समझा सके, तू समझा सकता। मेरी पत्ती होके एक बेगैरत अग्गे नक्क ले गए मेरी धी इज्जतदार से बेइज्जत च बड़ा फर्क होता है। लेकिन नहीं नसेगी, नहीं नसेगी, नहीं नसेगी मेरी धी।
का हुक्म मनना पड़ेगा। जरा वेले का हाकम है तो तुम फसल के तीन हिस्से देने पड़ेंगे। और वे जागीरदार साहब साढ़े को फसल का चौथा हिस्सा लेंगे सन। अभी तुम तीन हिस्से फसल के किस तरह दे सकते हैं? पहला हिस्सा जमीन का, दूसरा पानी का, टीका खाता का इस्तेमाल अभी तीन हिस्से लाओगे। हम तक तुम जागीरदार हो लुट रहे हो। अज तो बाद ਸਾਨੂੰ ਮਨ ਮਰਜ਼ੀ ਕਰਨ ਦੀ ਖੁੱਲੀ ਛੁੱਟੀ ਨਹੀਂ ਦਿੱਤੀ ਜਾਏਗੀ। ਦੂਜੇ ਲਾਓ ਕਾਗਜ਼ਾਂ ਦੇ ਅੰਗੂਠੇ ਨਹੀਂ ਲੱਗਣਗੇ। ਜਾਗੀਰਦਾਰ ਨੀ ਬੀਬੀ ਹੋਰਾਂ ਨਾਲ ਗੱਲ ਕਰਾਂਗੇ। ਤੈਨੂੰ ਲੀਠੀ ਦੇਣੂੰ ਸਭ ਕੇ ਛੋਟੇ ਜਾਗੀਰਦਾਰ ਹੋਰਾਂ ਕੋਲ ਲੈ ਚੱਲੇ ਆ। ਉਹ ਇਹਦੀ ਸਾਰੀ ਡਿਗਰੀ ਪੰਜ ਤੋੜ ਕੇ ਕੱਢ ਦੇਣਗੇ। ਤੈਨੂੰ ਲੀਡਰੀ ਦਾ ਬੜਾ ਸ਼ੌਕ ਕਿਉਂ ਹੈ ਬੁੱਢਿਆ? ਮੈਂ ਤੇਰਾ ਖੂਨ ਚੂਸ ਲਾਂਗਾ। ਉਹ ਮੇਰੇ ਹੁਕਮ ਮੰਨਣ ਤੋਂ ਇਨਕਾਰ ਕਿਸ ਤਰ੍ਹਾਂ ਕੀਤਾ? ਪਰ ਵੱਡੇ ਸਰਕਾਰ ਹੋਰੀ ਤੇ ਸਾਡੇ ਕੋਲੋਂ ਫਸਲ ਦਾ ਚੌਥਾ ਹਿੱਸਾ ਲੈਂਦੇ ਸਨ। ਹੁਣ ਮੇਰਾ ਸੂਲ ਚਲੇਗਾ, ਮੈਂ ਅੱਧੀ ਫਸਲ ਲੈਣੀ। ਛੋਟੀ ਸਰਕਾਰ ਮੇਰੇ ਤੋਂ ਵੱਡੀ ਸਰਕਾਰ ਕੌਣ ਹੈ? ਮੈਨੂੰ ਬੇਗਮ ਸਾਹਿਬ ਨਾਲ ਗੱਲ ਕਰ ਲੈਣ ਦਿਓ। ਮੇਰੇ ਸਾਹਮਣੇ ਕੋਈ ਗੱਲ ਨਹੀਂ ਕਰ ਸਕਦਾ। ਮੈਨੂੰ ਮੇਰਾ ਹੁਕਮ ਮੰਨਣਾ ਪਏਗਾ। ਤੂੰ ਮੇਰੇ ਜਿਸਮ ਦਾ ਸਾਰਾ ਖੂਨ ਨਿਚੋੜ ਲੈ, ਪਰ ਮੈਂ ਤੇਰਾ ਹੁਕਮ ਨਹੀਂ ਮੰਨਣਾ। ਔਰ ਮੈਂ ਤੇ ਇੱਕੋ ਹੀ ਗੱਲ ਜਾਣਨਾ, ਜੇ ਜ਼ੁਲਮ ਕਰਨ ਵਾਲਾ ਗੁਨਾਹਗਾਰ ਹੈ ਤੇ ਜ਼ੁਲਮ ਸਹਿਣ ਵਾਲਾ ਵੀ ਗੁਨਾਹਗਾਰ। ਮੈਨੂੰ ਲੈ ਜਾਏ, ਲੈ ਜਾਓ ਇਹਨੂੰ ਤੇ ਚੁੱਕ ਕੇ ਬਾਹਰ ਸੱਦ ਦਿਓ। ਠਹਿਰੋ, ਟੁੱਟਣ ਦੀ ਕੋਈ ਲੋੜ ਨਹੀਂ, ਇਹਨਾਂ ਨੂੰ ਮੈਂ ਲੈ ਜਾਣਾ। ਜਵਾਨ ਧੀਆਂ ਭੈਣ ਦੇ ਕੰਨਾਂ ਤੱਕ ਨਹੀਂ ਪਹੁੰਚਣਾ ਚਾਹੀਦਾ। ਧੀ ਰਾਣੀ ਉਹ ਇਸ ਤਰ੍ਹਾਂ ਡਾਕੂ ਵੇ, ਆਪਣੇ ਜੰਮਣ ਵਾਲਿਆਂ ਦਾ ਬੇਅਦਬ ਹੈ, ਬੇਗੈਰਤ ਹੈ। ਕਮੀਨੇ ਰਾਮ ਨੇ ਉਹਦਾ ਹੱਥ ਨਹੀਂ ਰੁਕਿਆ। ਇਹ ਉਹਦਾ ਹੱਥ ਰੋਕਦਾ ਮੇਰੀ ਗਾਂ ਤੇ ਇਹਦੀ ਲਾਸ਼ ਛੋੜੀ ਸੀ। ਅੱਲਾ ਵੀ ਉਹਨਾਂ ਦੀ ਮਦਦ ਕਰਦੇ ਅਲਵਰ, ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਨਹੀਂ ਤੇ ਯਾਦ ਰੱਖ, ਕਮਜ਼ੋਰ ਇਨਸਾਨ ਤੇ ਗਲੀ ਦੇ ਕੁੱਤੇ ਵਿੱਚ ਕੋਈ ਫਰਕ ਨਹੀਂ ਹੁੰਦਾ। ਤੂੰ ਕੀ ਕਹਿ ਰਹੀ ਹੈ? ਅੱਲਾ ਦਾ ਵੀ ਇਹੋ ਹੀ ਹੁਕਮ ਹੀ ਫਰਿਸ਼ਤਿਆ ਕਿ ਜ਼ਾਲਮ ਦਾ ਹੱਥ ਰੋਕਣ ਦੀ ਹਿੰਮਤ ਵੀ ਹੋਵੇ, ਕਿ ਅੱਲਾ ਦਾ ਬੰਦਾ ਉਹਦਾ ਹੱਥ ਨਾ ਰੋਕੇ ਇਹ ਵੀ ਗੁਨਾਹ ਹੈ। ਅੱਛਾ ਅੱਛਾ, ਹੁਣ ਉਸ ਕਾਤਲ ਦੇ ਜ਼ੁਲਮ ਨੇ ਜਿਹੜੀਆਂ ਕਾਸ਼ਾਂ ਨੂੰ ਲਾਈਆਂ ਨੇ, ਮੈਂ ਉਹਦਾ ਤੇ ਸਿਲੇ ਵਿੱਚ ਲਾ ਲਿਆਂਗੀ। ਅੱਜ ਮੇਰਾ ਪਿਓ ਉਹਦੇ ਹੱਥੋਂ ਲਹੂ ਲੁਹਾਨ ਹੋ ਕੇ ਆਇਆ, ਕੱਲ ਉਹਦੇ ਹੱਥੋਂ ਤੇਰੀ ਮਾਂ ਦਾ ਵੀ ਇਹ ਹਸ਼ਰ ਹੋ ਸਕਦਾ ਹੈ। ਮਾਂ, ਤੇਰੀ ਮਾਂ ਦਾ ਉਸ ਹਵੇਲੀ ਵਿੱਚ ਕੀ ਕਰ? ਤੇਰੀ ਮਾਂ ਉਸ ਹਵੇਲੀ ਵਿੱਚ ਨੌਕਰਾ ਨਹੀਂ ਹੈ ਫਰਿਸ਼ਤਿਆ, ਯਕੀਨ ਨਹੀਂ ਉਹਦੇ ਜਾ ਕੇ ਦੇਖ ਲੈ। ਤੈਨੂੰ ਮੇਰੇ ਸਾਹਮਣੇ ਉੱਚਾ ਬੋਲਣ ਦੀ ਜੁਰਅਤ ਕਿਸ ਆਈ ਹੈ? ਮੈਂ ਤੁਹਾਡੀਆਂ ਹੱਡੀਆਂ ਤੋੜ ਦਿਆ ਤਾ, ਮੇਰੇ ਘਰ ਦੇ ਝੂਠੇ ਟੁਕੜੇ ਖਾਣ ਵਾਲੇ ਤੇ ਮੈਂ ਕੋਈ ਬਰਦਾਸ਼ਤ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਖਬਰਦਾਰ, ਇਹਨਾਂ ਤੇ ਹੱਥ ਨਾ ਚੁੱਕੀ। ਮੈਂ ਕਹਿੰਦਾ ਤੂੰ ਮੇਰਾ ਹੱਥ ਕਾ ਛੱਡ ਦੇ, ਅੱਜ ਤੋਂ ਬਾਅਦ
ਤੈਨੂੰ ਘਰ ਚ ਵੇਖਾਂ। ਚੱਲ ਮਾਂ ਫਿਰ ਜਾ ਮਰੀਆਂ। ਮੇਰੇ ਪੁੱਤਰ ਨੇ ਤੇਰੇ ਤੇ ਹੱਥ ਚੁੱਕਿਆ ਹੈ, ਤੂੰ ਆਪਣੇ ਪੁੱਤਰ ਨੂੰ ਕਹੋ ਉਹਨੀਆਂ ਚ ਪਿਆ ਮੈਨੂੰ ਮਾਰ ਕੇ। ਮੇਰੀ ਬੇਗਮ ਸਾਹਿਬ, ਮੈਂ ਆਪਣੇ ਪੁੱਤਰ ਨੂੰ ਚਾਹ ਲੈਣੀ ਫਰਿਸ਼ਤਾ ਬਣਾ ਲੈ। ਦੇਖਣ ਤੋਂ ਬਾਅਦ ਮੁਰਸਾ ਵੀ ਆਇਆ ਸੀ, ਪਰ ਮਾਲਕਾਂ ਦੀ ਵਫ਼ਾਦਾਰ ਨੌਕਰਾਨੀ ਨੇ ਮੇਰਾ ਹੱਥ ਵੀ ਰੋਕ ਲਿਆ ਤੇ ਜ਼ੁਬਾਨ ਵੀ ਨਹੀਂ ਖੋਲਣ ਦਿੱਤੀ। ਮੁੰਡਿਆ, ਉਹਨਾਂ ਦੇ ਉੱਠਣ ਵਾਲਾ ਹੱਥ ਕੱਟ ਦਿੱਤਾ ਜਾਂਦਾ। ਇਹ ਕੀ ਜ਼ੁਲਮ ਹੈ ਮਾਂ, ਮਜ਼ਲੂਮ ਤੇ ਉੱਠਣ ਵਾਲਾ ਹੱਥ ਕੱਟਿਆ ਕਿਉਂ ਨਹੀਂ ਜਾਂਦਾ? ਮੈਂ ਆਪਣੇ ਮਾਲਕਾਂ ਦੇ ਖਿਲਾਫ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ ਅੰਦਰ। ਮਾਂ, ਅੱਜ ਤੋਂ ਬਾਅਦ ਤੂੰ ਉਹਨਾਂ ਜ਼ਾਲਮਾਂ ਦੀ ਨੌਕਰੀ ਨਹੀਂ ਕਰੇਂਗੀ। ਤੂੰ ਕੁਝ ਕਰਨ ਜੋਗਾ ਹੁੰਦਾ ਨਹੀਂ ਕੰਮਿਆ, ਮੈਂ ਅੱਜ ਤੋਂ ਪਹਿਲਾਂ ਵੀ ਉਹਨਾਂ ਦੇ ਬਰਤਨ ਕਦੀ ਨਾ ਮਾਂਜਦੀ। ਤੂੰ ਵੀ ਮੈਨੂੰ ਸ਼ਰਾਫਤ ਦੀ ਸਿਖਾਈ ਹੈ ਮਾਂ, ਤੇ ਤੇਰਾ ਦਿੱਤਾ ਹੋਇਆ ਸ਼ਰਾਫਤ ਦਾ ਸਬਕ ਮੈਂ ਇਸ ਤਰ੍ਹਾਂ ਯਾਦ ਰੱਖਿਆ ਕਿ ਲੋਕ ਹੀ ਮੇਰਾ ਨਾਂ ਭੁੱਲ ਕੇ ਮੈਨੂੰ ਫਰਿਸ਼ਤਾ ਕਹਿਣ ਲੱਗ ਪਏ। ਸ਼ਰਾਫਤ ਦੇ ਸਬਕ ਦਾ ਇਹ ਮਤਲਬ ਨਹੀਂ ਸੀ ਅੰਦਰ ਕਿ ਜਵਾਨ ਪੁੱਤਰ ਫਰਿਸ਼ਤਾ ਬਣ ਕੇ ਮਿਹਨਤ ਮਜ਼ਦੂਰੀ ਵੀ ਛੱਡ ਦੇਵੇ। ਮੇਰੇ ਕੋਲ ਜੋ ਕੁਝ ਵੀ ਸੀ ਉਹ ਸਭ ਕੁਝ ਵੇਖ ਵੇਖ ਕੇ ਮੈਂ ਤੇਰੀ ਬੇਕਾਰੀ ਦੀ ਨਜ਼ਰ ਕਰ ਦਿੱਤਾ। ਇੱਥੋਂ ਤੱਕ ਕਿ ਜੋ ਵੇਖਿਆ ਮੈਂ ਤੇਰੇ ਪਿਓ ਨੇ ਆਪਣੇ ਮੂੰਹ ਲਈ ਰੱਖੇ ਸਨ, ਉਹ ਵੀ ਮੈਨੂੰ ਕਾਤਲ ਕੋਲ ਗਿਰਵੀ ਰੱਖਣੇ ਪਏ। ਗਿਰਵੀ? ਅੱਜ ਤੋਂ ਮੈਂ ਮਿਹਨਤ ਮਜ਼ਦੂਰੀ ਕਰਾਂਗਾ, ਮੇਰੀ ਮਾਂ ਕਿਸੇ ਜ਼ਮੀਂਦਾਰ ਦੇ ਘਰ ਨੌਕਰੀ ਨਹੀਂ ਕਰੇਗੀ, ਤੇ ਮੈਂ ਆਪਣੇ ਬਾਪ ਦੀ ਨਿਸ਼ਾਨੀ ਜ਼ੇਵਰਾਤ ਦੀ ਵਾਪਸ ਲਵਾਂਗਾ। ਮੈਨੂੰ ਪਤਾ ਲੱਗਾ ਮੇਰੀ ਮਾਂ ਦੇ ਜ਼ੇਵਰ ਤੇਰੇ ਕੋਲ ਦੇ। ਆਹੋ ਤੇ ਜ਼ੇਵਰ ਉਹ ਮੈਨੂੰ ਦੇ ਦੇ। ਓਏ, ਤੇਰਾ ਦਿਮਾਗ ਤਾਂ ਠੀਕ ਹੈ। ਆਹੋ, ਪਰ ਜ਼ੇਵਰ ਮੇਰੀ ਮਾਂ ਦੇ ਤੇ ਰੱਖੇ ਤੂੰ, ਇਹ ਕੋਈ ਚੰਗੀ ਗੱਲ ਹੈ? ਜ਼ੇਵਰ ਦੇ ਬਦਲੇ ਤੇਰੀ ਮਾਂ ਨੇ ਮੇਰੇ ਕੋਲ 500 ਰੁਪਏ ਲਿਆ ਸੀ, ਉਹ ਲੈ ਕੇ ਜਦੋਂ 500 ਹੋਣਗੇ ਦੇ ਦਿਆਂਗਾ, ਤੂੰ ਮੈਨੂੰ ਜ਼ੇਵਰ ਦੇ ਦੇ। ਓਏ ਪਾਗਲ ਜ਼ਮਾਨੇ ਦਿਆ, ਓਏ ਨਿਕਲ ਜਾ ਇੱਥੋਂ, ਜੇ ਮਾਂ ਦੇ ਜ਼ੇਵਰ ਚਾਹੀਦੇ ਨਹੀਂ ਤੇ 500 ਰੁਪਏ ਲੈ ਗਿਆ। ਇਹਦੀ ਮਾਂ ਦੇ ਜ਼ੇਵਰ ਵਾਪਸ ਕਰਦੇ, ਇਹਨੇ 500 ਰੁਪਇਆ। ਕਿਸ਼ਵਰ, ਜੇ ਜ਼ਲੀਲ ਆਦਮੀ ਦੀ ਮੈਂ ਤਿਲ ਕਰੀ, ਕਿਸ਼ਵਰ ਮੈਂ ਪੁੱਛਣਾ ਤੈਨੂੰ ਮੇਰੀ ਹਵੇਲੀ ਦਾਖਲ ਹੋਣ ਦੀ ਜ਼ਰੂਰਤ ਕਿਸ ਤਰ੍ਹਾਂ ਹੋਈ ਹੈ? ਭਾਈ ਜਾਨ, ਗਰੀਬਾਂ ਲੋਕਾਂ ਤੇ ਹਰ ਵੇਲੇ ਸਖਤੀ ਨਾ ਕਰਦੇ ਰਿਹਾ ਕਰੋ। ਜੇ ਇਹਨਾਂ ਨਾਲ ਹਮਦਰਦੀ ਦੇ ਦੋ ਬੋਲ ਬੋਲਣ ਦੀ ਚਾਹ ਜਾ ਗਿਆ ਤੁਹਾਨੂੰ, ਤੇ ਖੁਦਾ ਦੀ ਕਸਮ ਮੈਂ ਆਪਣੀ ਜਾਨ ਵੀ ਤੁਹਾਡੇ ਤੋਂ ਕੁਰਬਾਨ ਕਰਦੇ। ਮੈਂ ਇਹਦੇ ਨਾਲ ਤੇਰੀ ਹਮਦਰਦੀ ਨੇ ਵੀ ਆਪਣੀ ਤਹੀ ਸਮਿਆ। ਕਿਸ਼ਵਰ, ਮੈਂ ਇਸ ਨੇ ਦੀ ਸਜ਼ਾ ਜ਼ਰੂਰ ਦਿਆਂਗਾ, ਜ਼ਰੂਰ ਦਿਆਂਗਾ। ਦੱਸ ਹੈ ਇੱਥੇ ਕੀ ਰਹਿਣਾ ਹੈ? ਬਸ ਰਹਿਣਾ ਹੈ। ਜ਼ਾਲਿਮ ਇੱਧਰ ਆ ਰਹੇ, ਆਪਣੀ ਜਾਨ ਬਚਾ ਫਰਿਸ਼ਤਿਆ।
ਕਹਿੰਦੇ ਤੂੰ ਸੱਟੀਏ ਉਹ ਨਹੀਂ ਜੀ ਅੱਲਾ ਭਾਗ ਦੀ ਕਸਮੇ ਇਹ ਥਾਂ ਤੇ ਆਪੇ ਡਿੱਗ ਪਈ ਹੈ ਦੱਸ ਇਹ ਕੁੜੀ ਤੇਰੀ ਕੀ ਲੱਗਦੀ ਹੈ ਜੀ ਐ ਤੇ ਮੇਰੀ ਮੰਗ ਪਰ ਮੈਂ ਇਹਦੀ ਕਦੀ ਪਰਵਾਹ ਨਹੀਂ ਕੀਤੀ ਦੇ ਪਿੱਛੇ ਕੀ ਲਾਣਾ ਜੀ ਮੈਂ ਇਹਦੇ ਪਿੱਛੇ ਕਿੱਥੇ ਇਹਦੇ ਪਿੱਛੇ ਤੋਂ ਤੁਸੀਂ ਲੱਗ ਜਾਓ ਮੈਂ ਤੇ ਘਰੋਂ ਮਿਹਨਤ ਮਜ਼ਦੂਰੀ ਕਰਨ ਨਿਕਲਿਆ ਸੀ ਜੀ ਇਹਦਾ ਤੁਹਾਡੀ ਵੀ ਖਿਦਮਤ ਕਰਨ ਲੱਗਾ ਜੀ ਜਿਹੜੀ ਬੇਹੋਸ਼ੀ ਹਰਕਤ ਤੂੰ ਕੀਤੀ ਹੈ ਮੈਂ ਸਹੀ ਸਮਝ ਗਿਆ ਇਹਦੀ ਸਜ਼ਾ ਮੈਂ ਤੈਨੂੰ ਜ਼ਰੂਰ ਦਿਆਂਗਾ ਕਰੇ
इकरार करे वे मैं जबरे जबरे कर जावा जिंद जान जवानी मार दिया जिंद जान जवानी मार दिया तेरे कदमों दे विच मर जावा दे तू प्यार दाजे इकरार करे कक समझ नहीं आती की हो रहा मेरे नाल ते क्यों हो रहा वे मैं नहीं ते हुई चाहनी आ के तू मेरा फरिश्ता ही ना रहे आज उस जालम ते टान सुके ते कल उधर ते हवेली दी छाते सुर देगा मैं क्या जी मेरे को ना कोई चंगा काम हो गया हाय वे क्या मतलब है तेरा ऐ काम तू नहीं किता ओ जी सच्ची गल ते है वे के किता कटाया ही नहीं गई देर भी हो सकती है लगा के चार सुन लो मेरी शान है लै भाई थोड़े जो किस किसने जाते जाना और अपना अपना नाम लिखाओ लिखो ना के ना महंगाई लैब डिग पई रगड़े तो कौन बच सकता मैं इस रगड़े तो बचा लो फिर मैंने भी चलते लै चलो ठीक है तेरा फिर हूने बंदोबस्त कर देने लै भाई तुम तो छुट्टी करो ना चंद से कोई बंदा जाएगा ना फरिश्ता है ना फरिश्ता है खुद छुट्टी करो चलो मैं के मौली साहब मौजा आ गए मान मजा ही आ गया तेरे ही करिए तेरे पिछड़ों वाला तेल पा दी चल फिर तेरी टैंकी ही फोन लै फिर समोसे भी खा टैंकी फुल बिल्कुल नुसरा क्यों मार दवाई फोटे मकौड़े मैं तेन चुटकी मिल जाएगा क्यों भाजी बिलकुल बिलकुल जरूर मछलेगा क्यों भी चुटकी डाले तत् मकौड़े और जाओ किसे खोड़े छोड़ जा मैं तेरी पिंड पे टोटा चावल पावांगा टोटा चावल ना पाने टैंकी फुल हो गई है तो हूं तो फिर जोर नाले स्टार्ट कर है नहीं कुछ कुतारियां कर रहे हैं किसे चले वही स्टार्ट हो गए और मैं जाके तेल बेबे नु भी पावांगा जो उन्होंने भी स्टार्ट करके नाली ले जाऊंगा मेरी गल सुन फिलहाल तू कल जा कल चंद च जाके वीजा भेज के बेबे नु बुला लई और मैंने तो पहले चंद चढ़ाओ मैंने तो सारा जॉब फरिश्ता ही कहना है अच्छा जी इतने अरेंज करो मेरी आदत तुसी रख लो तो मैं कोई होर आदत ले लवांगा अच्छा दराज जरा बैठ पे सही ओ नहीं मैं बैठ नहीं सकता ये काम गलत है अरे बैठ जा तू ओ जी मैं क्या मैं बैठ नहीं सकता मैंने माफी दो ओ खुदा हाफिज़ अस्सलाम वालेकुम
के ना सजना जावे खजे लखे आने दिल दा चावे बोलो उठ के ना सजना जावे खजे लखे आने दिल दा चावे असा चाई चाई पीता लाया जानी पाके नयार जदाया बाकी गल्लां कार चल के करांगे चल 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 जमना नीच कमियां ते नजारियां दे घर ते ना रखना ताने आ नहीं थी लगता तेरी अखा ते चर्बी चढ़ गई बकवास ना करनी मैं जड़ी गल करन आई हां और ना सुख जबान सीधी कर लेनी नहीं ते मुंह विच कंडिया वाली लगाम पा देंगी लगता है किसी ने गन करन दी तमीज नहीं सिखाई ओ हो मुंह फट ते बटन ने मैनू तमीज सिखा रही ए नो थाई ਯਾਰ ਤੋਂ ਬਾਅਦ ਅਨਮਰ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ ਹਮਤ ਲੈ ਹੁਣ ਮੈਂ ਤੇਰੇ ਕੋਲੋਂ ਖਰੀਦ ਲਿਆ
ਉਹਨਾਂ ਨੇ ਮੇਰਾ ਨਾਂ ਰਾਣੀ ਇਸ ਲਈ ਰੱਖਿਆ ਸੀ ਕਿ ਤੇਰੇ ਜਿਹੀ ਦੌਲਤ ਵਾਲੀਆਂ ਨੇ ਮੇਰੇ ਕੋਲੋਂ ਕੁਝ ਮੰਗਣ ਆਉਣਾ। ਮੰਗਿਆ ਨੀ, ਸਾਦਾ ਕੀਤਾ ਨੀ, ਸਾਦਾ ਮੈਨੂੰ ਨੀ ਪੁੱਛਦਾ ਨੀ। ਬਿਆਨਾ ਸਾਹਿਬ ਹੋਸ਼ ਲੈਣ ਗੱਲ ਕਰ। ਵਾਹ ਵਾਹ ਵਾਹ, ਰਾਜਸਥਾਨ ਦਾ ਡਾਕੂ ਤੇ ਭੈਣ ਇਸਤਾਂ ਦੀ ਸੁਦਾਗਰ, ਇੱਥੇ ਹੋਰ ਵੀ ਕਈ ਗੱਭਰੂ ਮੁਜ਼ਾਰੇ ਰਹਿੰਦੇ ਨੇ। ਇੰਨੇ ਲੋਕ ਖਰਚ ਕਰੇਗੀ ਤੇ ਉਹ ਦਿਨ ਮੋਟਿਆਂ ਦੇ ਚੁੱਕੀ ਫਿਰਨਗੇ। ਬਕਵਾਸ ਬੰਦ ਕਰ, ਹੱਥ ਰੋਕ ਲੈਣੀ ਸੁਣੀ ਜਾ। ਚੱਕਰ ਚੱਲ ਗਿਆ ਸਰਕਾਰ, ਚੱਕਰ ਨਹੀਂ ਮੇਰੇ ਸਾਹਮਣੇ ਸਭ ਪੜ੍ਹ ਕੇ ਖੜਾ ਕਰਦਾ। ਮੈਂ ਉਹਦਾ ਚਿਰਕ ਚੱਲ ਜਾਂਗਾ, ਪਰ ਹੁਣ ਜੋ ਮੈਂ ਚਾਹਾਂਗਾ ਉਹ ਹੋਏਗਾ। ਨਾਦਰ ਮਰਹੂਮ ਦੀ ਜ਼ਿੰਦਗੀ ਚ ਵੀ ਖੁੱਲੇ ਸਨ ਤੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਬੰਦ ਨਹੀਂ ਹੋਏ। ਤੂੰ ਤੇ ਤੇਰੇ ਭਰਾ ਨੇ ਇਹਨਾਂ ਲੋਕਾਂ ਨਾਲ ਜਿਸ ਜ਼ਬਾਨ ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਮੈਂ ਉਹ ਸਖਤੀ ਬਰਦਾਸ਼ਤ ਨਹੀਂ ਕਰ ਸਕਦੀ। ਤੂੰ ਮੈਨੂੰ ਦੱਸ ਦੇ ਰਾਣੀ, ਕਿਹਦੇ ਮਕਾਨ ਨੂੰ ਅੱਗ ਲੱਗੀ ਹੈ ਤੇ ਕਿਹਨੇ ਲਵਾਈ ਹੈ? ਚੁਦਰਾਣੀ ਮਾਂ, ਕਾਰਮਾ ਮਰੀਅਮ ਦੱਸੀ ਜਿਹੜੀ ਮੁੱਦਤਾਂ ਤੋਂ ਤੁਹਾਡੀ ਨੂੰ ਕਰਾਉਣੀ ਹੈ ਤੇ ਅੱਗੇ ਦੇ ਹੁਕਮ ਨਾਲ ਲਈ ਗਈ ਹੈ। ਕਿਸ਼ਵਰ, ਨਹੀਂ ਨਹੀਂ ਮਾਂ, ਝੂਠ ਬੋਲ ਰਹੀ ਹੈ, ਅੱਗ ਲਵਾਉਣ 'ਚ ਮੇਰਾ ਕੋਈ ਹੱਥ ਨਹੀਂ। ਚੁਦਰਾਣੀ ਮਾਂ, ਤੁਸੀਂ ਆਪਣੀ ਅੱਖਾਂ ਨਾਲ ਚੱਲ ਕੇ ਦੇਖ ਲਵੋ, ਮੈਨੂੰ ਡਰ ਹੈ ਕਿਧਰੇ ਉਹ ਮਾਂ ਪੁੱਤਰ ਉਹ ਸਾਗੀ ਸੜ ਕੇ ਸਵਾਹ ਨਾ ਹੋ ਜਾਣ। ਕਿਸ਼ਵਰ, ਹੋਰ ਕੜੀ ਤੱਕ ਮੈਨੂੰ ਪਤਾ ਲੱਗ ਜਾਣਾ ਅੱਗ ਕਿਹਨੇ ਲਵਾਈ ਹੈ। ਇਸ ਅੱਗ ਲਵਾਉਣ 'ਚ ਤੇਰਾ ਹੱਥ ਹੋਇਆ ਤੇ ਮੈਂ ਇਨਸਾਫ਼ ਕਰਾਂਗੀ, ਤੈਨੂੰ ਮਾਫ਼ ਨਹੀਂ ਕਰਾਂਗੀ। ਚੱਲ ਕੁੜੀਏ। ਆਪਣੇ ਪੁੱਤਰ ਨੂੰ ਇੱਥੋਂ ਲੈ ਕੇ ਤਬਾਹ ਜਾ ਕੁੜੀਏ, ਨਹੀਂ ਤੈਨੂੰ ਇਹੋ ਜਿਹੀ ਇੱਜ਼ਤ ਨਾਲ ਮੌਤ ਮਾਰਾਂਗੇ ਕਿ ਅੱਜ ਤੋਂ ਬਾਅਦ ਕੋਈ ਵੀ ਗਰੀਬ ਜਗੀਰਦਾਰਾਂ ਦੀ ਇੱਜ਼ਤ ਨੂੰ ਨਾਲੀ ਅੱਖ ਖੇਚਣ ਦੀ ਜ਼ਰੂਰਤ ਨਹੀਂ ਕਰੇਗਾ। ਜਿਹੜੀ ਅੱਗ ਮੈਂ ਸੜ ਰਹੀ ਹਾਂ ਮੈਨੂੰ ਉਹ ਤੇ ਬੁਝਾ ਲੈਂਦੇ। ਮੈਂ ਤੁਹਾਨੂੰ ਜਿਉਂਦਿਆਂ ਨਹੀਂ ਛੱਡਾਂਗੀ ਜਿੰਨੇ ਤੇਰਾ ਘਰ ਖਾ ਗਿਆ। ਅੱਜ ਤੱਕ ਕੋਈ ਐਸੀ ਮਾਂ ਪੈਦਾ ਨਹੀਂ ਹੋਈ ਕਿ ਮੈਂ ਆਪਣੇ ਹੱਥੀ ਆਪਣਾ ਪੁੱਤਰ ਮਾਰਿਆ ਹੋਵੇ। ਨਾ ਦੱਸ ਦਿੱਤਾ ਤੇ ਤੇਰੇ ਹੱਥੋਂ ਬੰਦੂਕ ਡਿੱਗ ਪੈਗੀ ਤੇ ਤੇਰੇ ਹੱਥ ਕੰਬਣ ਲੱਗ ਪੈਣਗੇ। ਨਾ ਤੇ ਦੱਸ ਮਰੀਅਮ, ਨਾ ਤੇ ਦੱਸ। ਫਿਰ ਸੁਣ, ਉਹਦਾ ਨਾਂ ਤੇਰੀ ਕੋਹ ਤੇਰੀ ਤਰਬੀਅਤ ਯਾਦ ਰੱਖ ਜਗੀਰਦਾਰ ਨੇ,
ਮਾਂ ਹੀ ਪੁੱਤਰ ਨੂੰ ਮਾਂ ਕਹਿਣਾ ਸਿਖਾਉਂਦੀ ਹੈ ਤੇ ਤੂੰ ਕਿਹੋ ਜਿਹੀ ਮਾਂ ਵੇ ਜਿਹਨੇ ਆਪਣੇ ਪੁੱਤਰ ਨੂੰ ਜ਼ੁਲਮ ਦਾ ਸਬਕ ਹੀ ਸਿਖਾਇਆ ਹੈ ਜਿਹਨੇ ਉਹਦੀ ਮਾਂ ਜਿਹਨੇ ਆਪਣੇ ਪੁੱਤਰ ਨੂੰ ਰਿਸ਼ਤਾ ਬਣਾ ਦਿੱਤਾ ਇਹਦਾ ਮਤਲਬ ਹੈ ਇਹ ਅੱਗ ਅਸ਼ਕ ਬਣਵਾਈ ਹੈ ਇਹਦਾ ਜਵਾਬ ਆਪਣੇ ਪੁੱਤਰ ਕੋਲੋਂ ਪੁੱਛੇ ਜਗੀਰਦਾਰ ਨੇ ਹਾਲੇ ਤੇ ਮੇਰੇ ਪੁੱਤਰ ਦੇ ਸਾਥ ਦੇ ਨੂੰ ਹੱਦ ਮੁੱਕ ਜਾਏ ਤੇ ਮੇਰੇ ਦੀਆਂ ਮਾਵਾਂ ਕੀ ਕਰਦੀਆਂ ਨੇ ਹੱਥ ਰੋਕ ਲੈ ਮਾਂ ਹੁਣ ਮੈਂ ਦੱਸਾਂਗਾ ਜਦੋਂ ਤੇਰੇ ਜੀ ਮਾਵਾਂ ਦਾ ਸਿਰ ਫਿਰ ਜਾਏ ਤਾਂ ਮੇਰੇ ਜੇ ਪੁੱਤਰ ਕੀ ਕਰਦੇ ਨੇ ਤੂੰ ਮੇਰੀ ਕਦੀ ਕੋਈ ਗੱਲ ਨਹੀਂ ਮੰਨੀ ਵੇ ਪਰ ਅੱਜ ਇੱਕ ਗੱਲ ਮੇਰੀ ਜ਼ਰੂਰ ਮੰਨ ਲੈ ਮੈਨੂੰ ਗੋਲੀ ਮਾਰ ਦੇ ਲੇਕਿਨ ਮੈਨੂੰ ਜਦ ਵੀ ਮੌਕਾ ਮਿਲਿਆ ਮੈਂ ਤੈਨੂੰ ਗੋਲੀ ਮਾਰ ਦੇਣੀ ਪਾਕਿਸਤਾਨੀ ਪਾਗਲ ਹੋ ਗਈ ਜੇ ਪਾਗਲ ਇਹਨੂੰ ਹਵੇਲੀ ਚ ਨਜ਼ਰ ਬੰਦ ਕਰ ਦਿਓ ਅੱਜ ਤਾਂ ਬਸ ਬੋਲ ਨਾ ਸਕੇ ਲੈ ਕੇ ਪੈਰਾਂ ਤੱਕ ਰਾਹ ਤੇ ਕਰਦੀ ਮਾਨਾ ਕਰੀ ਮੈਂ ਆਪਣੇ ਹਬੀਬ ਦੇ ਸਰ ਕੇ ਮੇਰੀ ਦੁਆ ਮਨਜ਼ੂਰ ਕਰ ਲਿਆ ਕਰਦਾ ਸੀ ਆਪ ਮੇਰੀ ਦੁਆ ਮਨਜ਼ੂਰ ਕਰ ਲੈ ਮੇਰੇ ਤੋਂ ਪਹਿਲਾਂ ਵੀ ਇੱਕ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦੇ ਦਿੱਤੀ ਤੇ ਅੱਜ ਇੱਕ ਫਕੀਰ ਦੀ ਮਾਂ ਵੀ ਆਪਣੀ ਜ਼ਿੰਦਗੀ ਦਾ ਨਜ਼ਰਾਨਾ ਲੈ ਕੇ ਆਈ ਮੇਰੀ ਦੁਆ ਕਬੂਲ ਕਰ ਲੈ ਮੇਰੇ ਪਰਵਰਦਿਗਾਰ ਮੇਰੇ ਪੁੱਤਰ ਨੂੰ ਬਚਾ ਲੈ ਪਰਵਰਦਿਗਾਰ ਮੇਰੇ ਦੁਆ ਕਬੂਲ ਕਰ ਲੈ ਪਰਵਰਦਿਗਾਰ ਸਾਨੂੰ ਬਚਾ ਲੈ ਪਰਵਰਦਿਗਾਰ ਬਚਾ ਲੈ ਮੇਰੀ ਜ਼ਿੰਦਗੀ ਬਚਾ ਦਿੱਤੀ ਹੈ ਮੈਂ ਬਿਲਕੁਲ ਠੀਕ ਹੋ ਗਿਆ ਮਾਂ ਵੇਖ ਪਾ ਮੈਂ ਬਿਲਕੁਲ ਠੀਕ ਹੋ ਗਿਆ ਮਾਂ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਤੇ ਤੂੰ ਆਪਣੀ ਅੱਖਾਂ ਨੂੰ ਹਮੇਸ਼ਾ ਹਮੇਸ਼ਾ ਲਈ ਬੰਦ ਕਰ ਲਿਆ ਲੱਗਦਾ ਹੈ ਤੂੰ ਆਪਣੀ ਜ਼ਿੰਦਗੀ ਨਾਲ ਮੇਰੀ ਜ਼ਿੰਦਗੀ ਵਟਾਈ ਮੇਰੀ ਜ਼ਿੰਦਗੀ ਵਟਾਈ ਮਾਂ ਫਿਰ ਰਾਤੇ ਘਰ ਚ ਖਲੋ ਕੇ ਤੇਰੀ ਬੇਗੁਨਾਹ ਮਾਂ ਦੀ ਕਸਮ ਖਾਣਾ ਮਾਂ ਅੱਜ ਤੋਂ ਬਾਅਦ ਇਸ ਇਲਾਕੇ ਦੇ ਇੱਕ ਇੱਕ ਦਾਣੇ ਨੂੰ ਲੱਭ ਲੱਭ ਕੇ ਮਾਂ ਦੀ ਨਿੰਦਾ ਸਾ ਦਿਆਂਗਾ ਮਾਂ ਦੀ ਨਿੰਦਾ ਸਾ ਦਿਆਂਗਾ ਅੱਜ ਤੋਂ ਬਾਅਦ ਇਸ ਜਾਨ ਚ ਮੇਰਾ ਕੋਈ ਸੱਚ ਨਹੀਂ ਮਾਂ ਮਰ ਗਈ
जहान मर गया। पुत्र नु फरिश्ता बनाने वाली माए तेरी मौत तो बाद तेरा फरिश्ता पुत्र साल बोले बहुत तो फरिश्ता बन जाएगा। काम लैन से आवे ये खासी की मौत बन जाती है। आए पकार बनकर मेरे खून का एक एक कतरा मेरे घर से झूठे टुकड़े खाए पड़े। चुपते माल का के भागते नहीं पैर चढ़ते नहीं पैर चढ़ते है। अनवर तेरे जान तो बाद बाबा रमजान अपनी इज्जत बचा के दूर चला गया है। पता नहीं किसे चला गया है। कितने जा सकते हैं Thank you.
नहीं रही अब देख रही हूँ कि वो कि आफत से जिदे डर की वजह ना तू अपना पुराना पिंड छड़ के मैनू इत्थे ले आए उसी ले आई ते सुन धीए उस रिश्ता ने डाकू का ना अरशद उस सालम डाकू जी माई मरियम ते उहदे पुत्र का घर बार तबाह करन तो बाद मेरी इज्जत वाल हाथ वधाना है समझ लै मैं उहदे डर से मारे हाँ उहदे निशाने तो अपना निशाना हटा लिया मेरी मर्जियत मेरी तरक्त मैंने किरे इनकार किया ईश्वर बीबी तुमने क्या वारा याश रिख ने और इस दादे हूं मेरी जात बखार इस कौड़ी भी नहीं मिलती माता पास उस कुड़ी का भी इस्तेमाल कर दिया उन्होंने तक कर दिया था अपने बाप की सारी जमीन जायदाद से तोड़ता मेरी बराबर के हिस्सेदार किश्वर मेरे गुस्से के सामने पत्थर भी पिघल जाता है मेरे खानदान ने तेन अज तक बर्दाश्त किया तेरे पागलपन का सबूत है जिस तेरे जरा बगैरत ते अपने आप को आप नजरबंद कर लिया क्योंकि हम तन जागीर की दौलत इतों पैसा नहीं मिलेगा पैसा नहीं मिलेगा मैं दौलत चाहिए दौलत चोरी करो चाहे डाके मारो इस इलाके के सारे दौलतमंद जे तुसी खाली वापस आए मैनू मारना ना चाबियां कढ़ चाबियां चाबियां तो बेगम को बेगम बेगम चाबियां दे दे सादी जान बच जाएगी दे दे चाबियां सारी दौलत कर लिया सिर्फ दौलत चाहिए सेठा ते खबरदार जे तू इस डाके का जिक्र किसी ना न करे नहीं नहीं किसे ना नहीं करता तुसी दौलत ले जा आदरे यार Thank you.
ਕਿਹੜਾ ਮਾਲ ਦਿਖਾ ਲਿਆ? ਮੈਨੂੰ ਦੌਲਤ ਚਾਹੀਦੀ ਹੈ, ਦੌਲਤ। ਤੁਸੀਂ ਫਿਕਰ ਨਾ ਕਰੋ ਸਰਕਾਰ, ਤੁਹਾਡੀ ਜ਼ਰੂਰਤ ਪੂਰੀ ਕਰਨ ਲਈ ਦੌਲਤ ਮੈਂ ਆਪਣੇ ਘਰੋਂ ਲਿਆਵਾਂਗਾ, ਪਰ ਤੁਹਾਨੂੰ ਪਰੇਸ਼ਾਨ ਨਹੀਂ ਹੋਣ ਦਿਆਂਗਾ। ਬਸ ਕਿਨਾ ਹੈ, ਜੇ ਤੂੰ ਘਰੋਂ ਲਿਆ ਸਕਤ ਹੈ, ਫਿਰ ਫੋਲੀਅਤ ਕਿਉਂ ਹੈ? ਇਸੇ ਵੇਲੇ ਜਾ, ਮੈਂ ਦੌਲਤ ਦੀ ਕਿਸਮਤ ਦੇ ਸਾਹਮਣੇ ਸਿਰ ਨਹੀਂ ਚੁਕਾ ਸਕਦਾ, ਦਬਾ ਜਾ। ਹੱਥ ਨਾਲ ਮੇਰੀ ਮਾਂ ਦੇ ਜ਼ੇਵਰ ਬਾਹਰ ਕੱਢ ਹੋਏ। ਜ਼ੇਵਰ ਦੇ ਬਦਲੇ ਕੁਝ ਕਰਜ਼ਾ ਲਿਆ ਸੀ ਤੇਰੀ ਮਾਂ ਨੇ, ਵਸੂਲ ਕਰਨਾ ਚਾਹੁੰਦਾ ਹੈ। ਉਹਨੇ ਵੀ ਜ਼ੇਵਰ ਆਪਣੀ ਮਾਂ ਨੇ ਬੜੀ ਜਲਦੀ ਕਰਜ਼ੇ ਦੇ ਨੋਟ ਚਿੰਨ ਲਏ ਨੇ ਦੁਸ਼ਮਣਾ। ਮੈਂ ਤੇ ਆਪਣੀ ਜਾਨ ਬਚਾ ਲਈ, ਮਾਂ ਤੇਰੀ ਮਰ ਗਈ, ਹੁਣ ਇਹ ਤੱਕ ਜ਼ੇਵਰ ਕਿਉਂ ਪਾਏਗਾ? ਇਹ ਜ਼ੇਵਰ ਮੇਰੀ ਹੋਣ ਵਾਲੀ ਬੀਵੀ ਦੀ ਅਮਾਨਤ ਹੈ, ਉਹਨੂੰ ਦਿਆਂਗਾ। ਭਰਾਣੋ ਧੀ ਰਾਣੀ ਖੇਤੀ ਨਾਲ ਆਤੀ ਗਏ, ਤੇ ਉਹ ਧੀ ਦੀ ਸਾਂਝੀ ਖੁਸ਼ੀ ਮੈਨੂੰ ਕੱਲੇ ਨੂੰ ਪਚ ਨਹੀਂ ਰਹੀ। ਕੀ ਗੱਲ ਹੈ ਬਾ, ਖੈਰ ਤੇ ਹੈ ਨਾ? ਤੇਰੇ ਬੁੱਢੇ ਪਿਉ ਦੀਆਂ ਸ਼ਰਮਾਂ ਰੱਖਦੀਆਂ ਨੇ ਰੱਬ ਨੇ ਧੀਏ, ਮੇਰੀ ਧੀ ਦਾ ਵਰ, ਮੇਰਾ ਮਤਲਬ ਹੈ ਮੇਰਾ ਭਤੀਜਾ ਅਨਵਰ ਜਿਉਂਦਾ ਜਿਉਂਦਾ। ਤੇਰਾ ਲੱਖ ਲੱਖ ਸ਼ੁਕਰ ਹੈ ਮੇਰੇ ਸੱਚੇ ਰੱਬਾ, ਜੇ ਅਨਵਰ ਜਿਉਂਦਾ ਤੇ ਫਿਰ ਮੈਂ ਵੀ ਨਹੀਂ ਮਰ ਸਕਦੀ। Thank you.
سے میرا نشانہ خطا نہیں ہوئے گا، تیری جان اب آ جائے گی۔ میرا چہرہ اس علاقے کی دہشت ہے، مینو ساجو دیکھ کر تیرے ورگے جن بھی میری راہ آتے نے، میں صرف انہوں کے تن کے کپڑے چڑ باقی سب کچھ کھو لینا۔ تو اے ساجو شکیت، ہاں جاگیردار دا پتہ نہیں پوچھ رہے، اسی تیرے کولوں ڈکیت دا پوچھ رہے ہیں جہاں اسی پیچھا کرتے تھے۔ میں اس ڈکیت دا دسیا جہاں تسی پیچھا ہی نہیں کر سکتے، وہ اس لیے پیسے والے۔ میں تے کڑی پاگل لگتی ہے، فضول گلاں کر کے ساڈا وقت ضائع کر رہی۔ آؤ
ਬਦਲ ਵੀ ਨਹੀਂ ਲੱਗਦੇ। ਮੈਂ ਤੈਨੂੰ ਡਾਕੂ ਦੇ ਰੂਪ ਵਿੱਚ ਕਿਹੋ ਜਿਹਾ ਲੱਗਿਆ? ਜਿਸ ਦਿਨ ਦਾ ਹੋਸ਼ ਸੰਭਾਲਿਆ ਮੁੰਡਿਆ, ਮਾਂ ਨੇ ਤੈਨੂੰ ਪੁੱਤਰ ਦੇ ਰੂਪ ਵਿੱਚ ਵੇਖਿਆ ਸੀ। ਪਹਿਲੇ ਇਸ ਤਰ੍ਹਾਂ ਦਾ ਡਾਕੂ ਸੀ, ਅੱਜ ਦੌਲਤਾਂ ਦੇ ਡਾਕੂ ਦਾ ਰੂਪ ਧਾਰ ਲਿਆ। ਅਜੇ ਵੀ ਵੇਲੇ ਮਾਂ ਮੇਰੇ ਹਿੱਸੇ ਦੀ ਜਾਇਦਾਦ ਮੇਰੇ ਹਵਾਲੇ ਕਰ ਦੇ, ਨਹੀਂ ਤੇ ਪਹਿਲਾ ਡਾਕਾ ਆਪਣੇ ਘਰ ਤੋਂ ਸ਼ੁਰੂ ਕਰਾਂਗਾ। ਤੂੰ ਡਾਕਾ ਮਾਰਨ ਦਾ ਚਾਰਾ ਕਰ ਤੇ ਫੇਰ ਵੇਖ ਮੈਂ ਇਸ ਹਵੇਲੀ ਨੂੰ ਅੱਗ ਕਿਵੇਂ ਲਾਉਂਦੀ ਹਾਂ। ਅੱਗ ਲਾ ਦੇਗੀ ਮਾਂ, ਇਸ ਹਵੇਲੀ ਦਾ ਤਮਾਸ਼ਾ ਸਾਰੀ ਦੁਨੀਆ ਵੇਖੇਗੀ। ਮੈਂ ਘਰ ਨੂੰ ਸਾੜ ਕੇ ਦੁਨੀਆ ਨੂੰ ਤਮਾਸ਼ਾ ਜ਼ਰੂਰ ਵਿਖਾਵਾਂਗੀ। ਇੱਕ ਮਾਂ ਦਾ ਘਰ ਤੂੰ ਸਾੜਿਆ ਸੀ, ਦੂਜੀ ਮਾਂ ਦਾ ਘਰ ਮੈਂ ਸਾੜਾਂਗੀ। ਬੇਮੁਰਾਦ ਮੁੰਡਿਆ, ਤੇਰਾ ਇੰਤਜ਼ਾਰ ਕਰ ਰਿਹਾ। ਤੇਰੀ ਮੌਤ ਦਾ ਤਮਾਸ਼ਾ ਵਿਖਾਉਣ ਲਈ ਤੇਰੇ ਸਾਰੇ ਸਾਥੀਆਂ ਨੂੰ ਬੰਨ ਕੇ ਖਿਲਾਰ ਦਿੱਤਾ ਹੈ। ਓਏ ਜੀ, ਉਸੇ ਟਾਕਰੇ ਵਿੱਚ ਤੂੰ ਮੇਰੇ ਹੱਥੋਂ ਮਾਰਿਆ ਪਿਆ ਹੁੰਦਾ ਮੇਰੇ ਦੋਵੇਂ ਦੁਸ਼ਮਣਾਂ। ਤੇਰੀ ਲਾਸ਼, ਤੇਰੀ ਲਾਸ਼ ਤੇਰੇ ਜਾਨ ਵਾਲਿਆਂ ਕੋਲ ਪਹੁੰਚ ਚੁੱਕੀ ਹੁੰਦੀ। ਮੇਰੇ ਜਾਨ ਨਾਲ ਉਹ ਮਸੂਮ ਹਰੇਕ ਆਸਰਾ ਲੋਕ ਨੇ ਜਿਹਨਾਂ ਨੂੰ ਸਾਡੇ ਵਰਗੇ ਹਿੱਸਾ ਤੇ ਦੌਲਤਾਂ ਦੇ ਡਾਕੂ ਲੁੱਟੇ ਨੇ। ਮਰਨ ਤੋਂ ਪਹਿਲਾਂ ਮੇਰੇ ਸੇਵਰ ਵਾਪਸ ਕਰ ਦਿਓ। ਝੀਲ ਦੇ ਆਲਣੇ ਵਿੱਚ ਮਾਸ ਲੱਭਣ ਆ ਗਏ। ਸੇਵਰ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ, ਫਿਰ ਤੂੰ ਇੱਥੇ ਜ਼ਿੰਦਾ ਕਿਉਂ ਖਲੋਤਾ ਹੈ? ਤੂੰ ਵੀ ਉੱਥੇ ਹੀ ਪਹੁੰਚ ਜਾ ਜਿੱਥੇ ਤੇਰੇ ਜੰਮਣ ਵਾਲੇ ਪਹੁੰਚੇ ਨੇ। ਦੱਸ ਓਏ, ਸੇਵਰ ਕਿੱਥੇ ਨੇ? ਕਿੱਥੇ ਨੇ ਸੇਵਰ? ਅੱਜ ਮੈਂ ਤੈਨੂੰ ਸਿੰਧਾ ਨਹੀਂ ਛੱਡਾਂਗਾ, ਉਹ ਨਹੀਂ ਛੱਡਾਂਗਾ। ਨਵਾਂ ਨਵਾਂ ਦਲੇਰ ਹੋਇਆ ਪੁਰਾਣਿਆਂ ਫਰਿਸ਼ਤਿਆਂ, ਤੇਰਾ ਤੇ ਕੰਮ ਹੈ ਅੱਲਾ ਅੱਲਾ ਕਰਨਾ। ਤੂੰ ਕਾਤਲਾਂ ਨਾਲ ਮੱਥਾ ਲਾ ਲਿਆ, ਮੈਂ ਕਾਤਲਾਂ ਦਾ ਕੀਮਾ ਕਰ ਦਿਆਂਗਾ। ਕੀ ਮ
ਮੈਂ ਕਹਿ ਦੀ ਤੇਰੀ ਖੈਰ ਹੋਵੇ ਜਗੀਰਦਾਰਾ, ਪਰ ਇੱਕ ਗੱਲ ਸਮਝ ਨਹੀਂ ਆਈ, ਤੂੰ ਤੇ ਸਾਡੇ ਰੂਪ ਵਿੱਚ ਸਾਡੇ ਰੂਪ ਵਿੱਚ ਦੁਸ਼ਮਣ ਨੂੰ ਕਤਲ ਕਰਨ ਦਾ ਸਵਾਦ ਹੀ ਬਣਾਉਂਦਾ ਤਾਜੋ, ਤੇਰੇ ਨਾਲ ਦੋਸਤੀ ਦਾ ਹੱਥ ਵਧਾਉਣ ਆਇਆ ਸਾਂ, ਤੇ ਅੱਗੇ ਵੇਖੇ ਨੀਚ ਕਮੀਨਾ ਤੇਰਾ ਵੀ ਦੁਸ਼ਮਣ ਹੈ। ਫਿਰ ਸਾਂਝੇ ਦੁਸ਼ਮਣ ਨੂੰ ਰਲ ਕੇ ਮਾਰਨਗੇ, ਇਹਦੇ ਜਿਸਮ ਵਿੱਚੋਂ ਖੂਨ ਦੇ ਫੁਹਾਰੇ ਫੁੱਟਣਗੇ, ਇੱਕ ਤੇਰੇ ਵਾਰ ਦਾ ਤੇ ਦੂਜਾ ਤੇਰੀ ਗੋਲੀ ਦਾ। ਬੜੀ ਚਾਲ ਬਾਜ਼ ਹੁੰਦੀ ਹੈ ਦੁਸ਼ਮਣਾ, ਹੁਣ ਤੋਂ ਕੜੀ ਪਹਿਲਾਂ ਮੇਰੇ ਸੀਨੇ ਤੇ ਸਵਾਰ ਸੀ, ਹੁਣ ਤੇਰੇ ਖੂਨ ਦਾ ਚੱਕਾ ਲੈ ਗਈ। ਅਨਵਰ ਤੋਂ ਬਾਅਦ ਜਾ ਮੌਤ, ਫੇਰ ਚਾਲ ਬਦਲ ਗਈ ਹੈ ਦੁਸ਼ਮਨੋ, ਫੇਰ ਬਦਲ ਗਈ। ਨਵਾਂ ਡਕੇਟ ਸਾਡੇ ਇਲਾਕੇ ਵਿੱਚ ਕਿਹੜਾ ਪੈਦਾ ਹੋ ਗਿਆ ਹੈ? ਤੂੰ ਫਿਕਰ ਨਾ ਕਰ ਸਾਜੋ, ਥੋੜੀ ਛੇਤੀ ਹੋ ਜਾਏਗਾ। ਮੈਨੂੰ ਪਤਾ ਹੈ ਜਵਾਨਾ, ਤੂੰ ਮੇਰਾ ਮੋਸਿਨ ਹੈ, ਪਰ ਇੱਕ ਵਾਰੀ ਹੁਕਮ ਤਾਂ ਕਰ, ਮੈਂ ਤੇਰੇ ਅਹਿਸਾਨ ਦਾ ਬਦਲਾ ਕਿਵੇਂ ਚੁਕਾ ਸਕਦਾ? ਪਿਆਰ ਨਾਲ ਦਿਲ ਦਾ ਸੌਦਾ ਜ਼ਿੰਦਗੀ ਚ ਕੋਈ ਵਾਰੀ ਹੁੰਦਾ ਕਿਸ਼ੋਰ, ਮੈਂ ਤੇਰੀ ਜਾਨ ਦੇ ਬਦਲੇ ਆਪਣੀ ਜਾਨ ਤੇ ਦੇ ਸਕਣਾ, ਪਰ ਪਿਆਰ ਨਹੀਂ। Ha ha ha!
शुक्र है पछाणते ले आई। मैं तो तेन लब लब के पागल हो गया सा। लबन तुरिए ते बंदा रब नू भी लब लैंदा है। दस ले तू तो ही है ना जिन्हों लोग फरिश्ता कहते सन। मैं गलत ना समझ रहा ना फरिश्ता ही बनिया रहा ते मां तो बाद हुण तक मेरी भी कबर बन चुकी होंगी। मैं लोहे नू कटन ले लोहे का रूप तक ऐसा मतलब है तू डाकू बन। नहीं रानू नहीं डाकू का लफ्ज मेरे लिए गाली है। मैं दुश्मन जालमा का डाकुआ का इस तरह के लुटेरे का याद कर रानू जालिम का मुकाबला करने की मर्जी तू ही मैंने दी थी। आज मैंने वो सामने खलो के वो हाथ टकन की चाह चाह गई है। तेन मेरे तो शक नहीं सी करना चाहिए नहीं सी करना चाहिए। मैं माफ कर दे मैं तेन गलत समझी सर मैं माफ कर दे। अंदर अंदर वो एक टिकेट होके मेरी सीधी साधी बहन फरेब के जाल में फसा लिया है। ना मैं तेन सफाई का मौका दियांगा ना मैं तेन नसन दिया बल्कि मौत की नींद सुहा दियांगा। साजू वीर अंदर मेरा बचपन तो मंगते रहे एने इस इलाके च जुर्म का खात्मा करने लिए रूकता रहे। इस तो पहले इन लोग फरिश्ता कहते सन। जे भैन की गल से यकीन नहीं आया तो फिर पहली गोली भैन नू मार। माफ करी अनवर जिंदगी भी सिर्फ इको मुत्यार नू पहन के आसी ओदे कोल किसी गैर नू खलोतियां देख के बर्दाश्त नहीं कर सकिया। मैं भी उन्नी देर बर्दाश्त नहीं करांगा जिन्नी देर तू ये नहीं दसेंगा कि मेरी मां दे उस जेवर किथे ने। फिर तेनू ये सुन के खुशी होएगी अनवर वो जेवरात मैं तेरी मां दी होन वाली नूह दे अपनी बहन नू दे दिते। आहो अंदर वो सारे गहने मेरे कोल ने। राजू अनवर अनवर तू भी कहनी है देखने तो बाद मैं भी यही समझी साबा जो तू समझ के गल की थी पर विचों ते गल ही कुछ और निकली। ये गल बुआ अंदरों बंद कर लै मैं दीनू का पता कर ले बुआ बंद कर ले जो वैसा जाग पे उदो बुए बंद नहीं करी दे बगला खुले रखी दे। अपने आप नू शेर का शिकार समझ के मेरे इंतकाम की तरफ चला जानी क्या भी अच्छी आवाज मार अपने हम ऐसिया बुला लेनी और सारे भी आ जान ते मैं उन्हें सारे दिया लाशों का पुल बना के तेनू फिर भी चुप चल ले जा रही। तेरा वीर से नहीं आया नहीं पर साडा यार आ गया हूं ते असी तेरे सारे पिंड नू मार के भी तेन चुक के ले जावांगे। तेन चुक ले ताजू तेनू मोढ़िया ते जरूर चुकांगा अर्शद ऐसा नहीं डोली विच पा के। ताजू
मैं कभी किसी मुटियार टोली च पा के नहीं खड़िया, मैं हमेशा चुप चला जाना, पर मैं टोली बिच पा के टोरंगा पागल ना बना। मैं दस बंदे मार के भी चुप चला जानी मेरी जिद है, पर मैनू ए सौ बंदा भी मारना पिया ते मार दियांगा। इसलिए ये मेरी बहन है, मेरे पिंड से मुस्करे दीती है, तेरी बहन कितना बची है। सुन, आज तो बाद तेरे पिंड एक एक मजारे की धी मेरी बहन है, जे तू हूं किसी की धीद इज्जत हाथ पाया मैं तेरे के खाते उन्ने उन्ने टकरे करूंगा जिन्या इज्जत तू अज तक रुकता है। ਭੈਣਾਂ ਦੀ ਇੱਜ਼ਤਾਂ ਦਾ ਡਾਕੂ ਹੈ, ਮੈਂ ਇਹਨੂੰ ਦੱਸ ਦਿਆਂਗਾ ਕਿ ਭੈਣ ਦੀ ਇੱਜ਼ਤ ਦਾ ਮੁੱਲ ਕੀ ਹੁੰਦਾ ਹੈ। हीरे बड़े पसंद तो मुलवी चंगा लाने, एक हीरा मेरे को जाके तेरे कदमा भी सुट बोल पसंद नहीं आया। ओए मेरी बहन, ओए जिन्हू तू चुकिया सी वो मेरी बहन सी। वे गरीबां दियां इज्जतां लुटन वालिया, वेख ले अपनी हरकतां दा अंजाम, उठ वे ते मेरी बाप फड़ के भी उसे कमरे च लै चल जिथे पता नहीं किन्नियां मजलूमां दियां चीखां ने दम तोड़िया। किशोर बंद कर, हाली बोल वे, तू इस काबली नहीं कि तेनू भरा आख्या जावे, तू तमाश पीने जालम में काबल है। टापू नहीं तेरी वर्गी समाया सारा था, जेड़े गरीबां दी इज्जतां ते गैरतां दा खून पींदे ने दुश्मन आ उहनां दा। ए सदा तैनू बड़ा महंगा पैगा।
अदा करन लग्या मैं कदी नफा नुकसान नहीं सोचा, तेरा इंतजार करूंगा। अजे भी वे नहीं मुंडिया, मां दे पैरां ते डिग के माफी मांग ले, नहीं ते मां दियां शर्मा रखन वाले रब ने तैनू एहो जिहा सजावां देनिया ने कि तेरी लाश नूं कबर ने भी कबूल नहीं करना। मैं सारी सारी समझिया बुढ़िए, सारा चक्कर तू चलाया, मैं तेनू इत्थे पल भी बर्दाश्त नहीं कर सकता। चली जाए तो मैं चली जाए तो चली जा, मैं कहना तो तुम आ जा, जाओ ना अपने हमारे को जिन नाल मिलके मेरे खिलाफ साजिश करनी है, मेरे सामने आके मेरे नाल हमदर्दी करनी है। पर एक गल याद रखें, वजे प्यार वाला चन्ना एक तारा, वजे प्यार वाला चन्ना एक तारा, ते नच दीदा दिल तड़के है, ते नच दीदा दिल तड़के, तेरे पीछे आए बाबा बार नस दे हो, तेरे पीछे आए बाबा बार नस दे, ते पैरां दी पंजी बछड़के है, ते नच दीदा दिल तड़के। खबर सुना दी कि अर्शद ने जागीरदार जी धक्के दे के घरों कढ दिता है। आहो बाबा जी, ओए असी ते हाली ओ दुख नहीं भूल सके जदों जागीरदार साडा ही दुख अपने सीने च लैके मर गया सी, असी इहनू कदी नहीं मरन दिया, कदी नहीं मरन देंगे। तेनू हाथ पहुंच रहा है, तू अपनी धीरे इंतकाम मेरे को ले सकता है। इंतकाम
ਦੀਦਾ ਇੰਤਕਾਮ ਕੀ ਹੋਇਆ ਮੇਰੀ ਧੀ ਨੂੰ? ਨਹੀਂ ਨਹੀਂ ਨਹੀਂ, ਉਹਨੂੰ ਕੁਝ ਨਹੀਂ ਹੋ ਸਕਦਾ। ਮੇਰੀ ਧੀ, ਮੇਰੀ ਧੀ ਘਰ ਬੈਠੀ ਮੇਰਾ ਇੰਤਜ਼ਾਰ ਕਰੇਗੀ। ਮੇਰੀ ਧੀ ਮੇਰਾ ਘਰ ਵਿੱਚ ਇੰਤਜ਼ਾਰ ਕਰ ਰਹੀ ਹੈ। ਧੀਆ, ਮੈਂ ਆਇਆ ਤੇਰੇ ਕੋਲ ਧੀਆ। ਸਲਾਮ ਕਰੀ ਸਰਨੀ ਜੀ। ਵਾਲੇਕੁਮ ਸਲਾਮ ਰਮਜ਼ਾਨੀ ਤੋਂ। ਹਾਂ ਜਗੀਰਦਾਰਨੀ ਜੀ, ਮੈਨੂੰ ਸਾਰੀ ਗੱਲ ਦਾ ਪਤਾ ਚੱਲ ਗਿਆ। ਜੇ ਤੁਸੀਂ ਮੁਨਾਸਬ ਸਮਝੋ ਤੇ ਇਸ ਗਰੀਬ ਭਰਾ ਦਾ ਘਰ ਹਾਜ਼ਰ। ਰਮਜ਼ਾਨੀ, ਮੈਂ ਤੁਹਾਡੇ ਵਿੱਚੋਂ ਹੀ ਹਾਂ। ਮੇਰੀ ਨਜ਼ਰ 'ਚ ਗਰੀਬ ਤੇ ਅਮੀਰ ਸਭ ਬਰਾਬਰ ਨੇ। ਤੇ ਫਿਰ ਨਾ ਮੈਂ ਕਰਦਾ, ਭੈਣ ਬਣ ਕੇ ਤੇ ਮੇਰੇ ਨਾਲ ਚਲੇ ਚਲੋ, ਚਲੇ ਚਲੋ। ਆਹੋ ਦੁਸ਼ਮਨ ਬਾਦੀ ਦੇ ਸਾਹ ਨਹੀਂ ਲੈ ਸਕਣਗੇ। ਮੈਨੂੰ ਮੇਰੇ ਇਸ ਠਿਕਾਣੇ ਦਾ ਪਤਾ ਕਿੰਨੇ ਦੱਸਿਆ? ਝੂਠ ਨੇ ਮੈਨੂੰ ਬਤਾਇਆ, ਸੱਚ ਦਾ ਸਾਥ ਦੇਣ ਦੀ ਸਜ਼ਾ ਕੱਟਣਾਈ। ਤੈਨੂੰ ਪਤਾ ਲੱਗ ਗਿਆ ਹੋਣਾ ਕਿ ਇਸ ਘਰ ਵਿੱਚ ਮੇਰੀ ਮਾਂ ਦੀ ਉਹ ਨਾਲੀ ਨੌ ਰਹਿੰਦੀ ਹੈ ਤੇ ਤੂੰ ਇਸ ਘਰ ਨੂੰ ਵੀ ਛਾੜ ਕੇ ਸੌ ਕਰਾ ਦੇਂਗੀ। ਨਹੀਂ ਬੇਟੇ ਨਹੀਂ, ਮੈਂ ਤੇ ਇਸ ਘਰ ਬੈਠ ਕੇ ਆਪਣੀ ਮੌਤ ਪਈ ਉਡੀਕ ਰਹੀ ਹਾਂ। ਮਰਨਾ ਵੀ ਚਾਹੁੰਦੀ ਹੈ ਤੇ ਚਾਹ ਕੇ ਆਪਣੇ ਸਾਲਿਮ ਪੁੱਤਰ ਦੇ ਹੱਥੋਂ ਮਰ। ਉਹ ਪੁੱਤਰਾਂ ਦੀਆਂ ਮਾਵਾਂ ਵੀ ਮਾਰ ਦਿੰਦਾ ਤਾਂ ਮਾਵਾਂ ਦੇ ਪੁੱਤਰ ਵੀ। ਅਨਵਰ, ਉਹ ਆਪਣੀ ਮਾਂ ਦਾ ਬਦਲਾ ਗਰੀਬਾਂ ਦੀ ਮੋਸ਼ਨ ਕੋਲੋਂ ਲੈਣਾ ਚਾਹੁੰਦੇ। ਯਾਦ ਰੱਖੋ, ਮੈਂ ਇਸ ਭੈਣ ਦਾ ਸਾਫ ਨਹੀਂ ਛੱਡ ਸਕਦਾ ਤੇ ਤੂੰ ਭਾਵੇਂ ਮੈਨੂੰ ਸਾਰੀ ਉਮਰ ਲਈ ਛੱਡ। ਤੇ ਫਿਰ ਮੇਰਾ ਵੀ ਫੈਸਲਾ ਸੁਣ ਲੈ ਚਾਚਾ, ਜਿੱਥੇ ਜ਼ੁਲਮ ਤਸ਼ੱਦਦ ਤੇ ਬਰਬਰੀਅਤ ਨੂੰ ਜਨਮ ਦੇਣ ਵਾਲੀ ਮਾਂ ਰਹੇਗੀ ਉੱਥੇ ਮਜ਼ਲੂਮ ਤੇ ਬੇਗੁਨਾਹ ਮਰਨ ਵਾਲੀ ਮਾਂ ਦਾ ਪੁੱਤਰ ਨਹੀਂ ਰਹੇਗਾ, ਨਹੀਂ ਰਹੇਗਾ। ਜੋ ਤੇਰਾ ਫੈਸਲਾ ਮਨਜ਼ੂਰ ਹੈ ਮੁੰਡਿਆ। ਚਾਚਾ, ਪਤਾ ਨਹੀਂ ਵਕਤ ਤੈਨੂੰ ਕੋਈ ਦੇਣੀ ਚਾਹੁੰਦਾ। ਅਸੀਂ ਤੇ ਉਹ ਲੋਕ ਆ ਜਿਨ੍ਹਾਂ ਦਾ ਹਰ ਦੂਜਾ ਕਦਮ ਮੌਤ ਦੇ ਸਿਰ ਉੱਤੇ ਹੋਇਆ। ਜੇ ਸਾਡੇ ਲਈ ਮਾਵਾਂ ਤੇ ਭੈਣਾਂ ਜੀਆਂ ਹੱਸੀਆਂ ਦੁਆਵਾਂ ਨਾ ਕਰਨ ਤੇ ਅਸੀਂ ਦਿਹਾੜੀ ਵਿੱਚ ਖਬਰੇ ਕਿੰਨੀ ਦਫ਼ਾ ਮਰੀਏ। ਤੂੰ ਸਮਝਦਾ ਕਿਉਂ ਨਹੀਂ ਤਾਜੋ? ਉਹ ਦੁਸ਼ਮਣ ਦੀ ਮਾਂ ਹੈ, ਮਾਂ ਤੇ ਤੂੰ ਇਹ ਕਿਉਂ ਨਹੀਂ ਸਮਝਦਾ ਕਿ ਦੁਸ਼ਮਣ ਉਹ ਹੈ ਜਿਹਨੇ ਇਸ ਮਾਂ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ। ਜਾ, ਇਸ ਮਾਂ ਦਾ ਪੁੱਤਰ ਬਣ ਜਾ, ਤੈਨੂੰ ਮਾਂ ਦੀਆਂ ਸਾਰੀਆਂ ਦੁਆਵਾਂ ਲੱਗ ਜਾਣ। ਨਹੀਂ ਤਾਜੋ, ਨਹੀਂ। ਉਸ ਮਾਂ ਨੇ ਕਿਸੇ ਦੇ ਪੁੱਤਰ ਲਈ ਵੀ ਦੁਆ ਕੀਤੀ ਜੋ ਦੁਆ ਉਹਦੇ ਆਪਣੇ ਪੁੱਤਰ ਨੂੰ ਲੱਗੇਗੀ ਤੇ ਦੁਸ਼ਮਣ ਦੀ ਉਮਰ ਹੋਰ ਵੱਧ ਜਾਏਗੀ। ਮੈਂ ਉਸ ਘਰ ਕਦੇ ਨਹੀਂ ਜਾਵਾਂਗਾ ਤਾਜੋ, ਕਦੇ ਨਹੀਂ ਜਾਵਾਂਗਾ। ਤੇਰੀ ਮਰਜ਼ੀ, ਬਸ ਸਾਨੂੰ ਤੇ ਜਦੋਂ ਵੀ ਮੌਕਾ ਮਿਲਿਆ ਅਸੀਂ ਆਪਣੀ ਭੈਣ ਦੇ ਘਰ ਜ਼ਰੂਰ ਜਾਵਾਂਗੇ।
ਚਲੋ ਜਿਹੜਾ ਵੀ ਨਜ਼ਰ ਆਏ ਨਿਚੋੜ ਲਵਾਂਗਾ ਨਿਚੋੜ ਲਵਾਂਗਾ ਸਵੇਰੇ ਚ ਰੱਤ ਦੀ ਚਲਤੀ ਹੈ ਵੀ ਵੇਖ
तैनू फखर होना चाहिए कि मैं तेरी कभी भी ना मौका नहीं दिता। मैनू अदावा विखावे हूं तू साडियां अदावा वेख। मेरे कोल पिया रब दी सौ तैनू मेरे विचों अपने खून का स्वाद आवेगा। मेरी जिद तेरी जिद मेरी ते अपनी जिस की थां तेरी जिद बन के मैं आ गई। जे तेरे इंतकाम ने मन जिंदा छड़ भी दिता ते याद रख खर्चे मेरा इंतकाम तेन जिंदा नहीं छेगा नहीं छेगा। बेबस मां नहीं जिन्हें तू सके मार मार के बाहर कर दमेगा। तेरे सीने च गोलियां मार मार के तनवे दुनिया तो बाहर कर दूंगी। तैनू लप लवा फिर तेन भी चौंकिया नहीं छड़ांगा। यार मर के फिक्र न कर, तेरी प्यो की रूह का पोता पासा नहीं पहन जाएगा। मौत यार दे यार दी ते पैंट दी दिए
ਪਰ ਤੇਰੀ ਮੌਤ ਇਸ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਇੱਕ ਕੁੱਤੇ ਨੂੰ ਕੁਚਲਾ ਦੇਈਏ ਜੋ ਲਾਸ਼ੂ ਵਾਂਗੂ ਟੱਕਰ ਖਾ ਖਾ ਕੇ ਮਾਰਦਾ ਹੈ। ਮਾਂ ਕਿਹਦੀ ਕਿਸ ਤਰ੍ਹਾਂ ਹੁੰਦੀ ਹੈ ਇਹਦਾ ਤੈਨੂੰ ਨਹੀਂ ਪਤਾ ਹੈ, ਪਰ ਮੈਨੂੰ ਪਤਾ ਸੀ ਤੂੰ ਇੱਥੇ ਜ਼ਰੂਰ ਆਵੇਂਗਾ। ਅੱਜ ਮੈਂ ਤੇਰੀ ਮਾਂ ਦਾ ਇਹੋ ਜਿਹਾ ਬੰਦੋਬਸਤ ਕੀਤਾ ਹੈ। ਤੇਰੇ ਵਰਗੇ ਦੁਸ਼ਮਣ ਕੋਲੋਂ ਕਿਸੇ ਮੇਰੇ ਵਰਗੇ ਨੇ ਉਹ ਇੰਤਕਾਮ ਨਹੀਂ ਲਿਆਉਣਾ। ਆਪਦਾ ਬੰਦੋਬਸਤ ਪੇਸ਼ ਕਰੋ, ਮੈਂ ਉਹਨਾਂ ਲਾਸ਼ਾਂ ਨੂੰ ਚਿੱਚ ਕੇ ਤੇਰੀ ਸ਼ਰਾਬ ਦਾ ਲਹੂ ਪੀਣਾ ਹੈ। ਮੇਰੇ ਪਿੰਡ ਦੀਆਂ ਇੱਜ਼ਤਾਂ ਤੇ ਖੈਰਤਾਂ ਦਫ਼ਨ।